Hello, sir. Hello, ma'am. How are you? Good afternoon. How are you? You look good. How are you feeling now? I'm all good. Thank you so much for calling, sir. It was an honor. It's really an honor. I'm talking to you. नहीं, जो तुसी एकदम तकड़े होके मुकाबला कर रहे हो पहला देखने वाली गल है ये सारे ही थोड़े असी बड़े धन्यवादी हैं क्योंकि जेडे इस वेले बीमार ने लोग वो थोड़ू देख के हौसले चाहते हैं भी असी ठीक हो सकते हैं भी ये कोई बहुत वड्डी गल नहीं गी नहीं तो COVID-19 कोरोना के नौ तो ही लोग डरते हॉस्पिटल नहीं जा रहे इसलिए थोड़ा बहुत धन्यवाद है भी तुसी लड़ रहे हो मैं कर सकते हो ना कोई ये तो नहीं भी थोड़ा टाइम गल करनी है जाए ओके यू कैन टॉक मैनू ये दसो जो डॉक्टर सुन कह रहे होने या टेस्ट तुसी दस ACP जेडे सी अपने कोहली साहब एक थोनू की लगता भी थोनू उन्हों तो होया जा थोनू एज ए मंडी ड्यूटी तो होया जा जा जेडे जमाती आए सी उन्हों तुसी लेके गए हो जा ये थोनू की लगता हजे तक भी किवें होया ਪਰਸਨਲੀ ਮੈਂ ਕਹਾਂ ਦੇਖੋ ਇਦਾਂ ਕਹਿਣਾ ਵੀ ਮੈਨੂੰ ACP ਸਰ ਤੋਂ ਹੋਇਆ ਉਹਦਾ ਆਪਣੇ ਕੋਈ ਸ਼ੋਰਿਟੀ ਤਾਂ ਹੈ ਨਹੀਂ ਗੀ ਰਾਈਟ ਤਾਂ ਦੇਰ ਇਜ਼ ਅ ਪੋਸਿਬਿਲਿਟੀ ਬਿਕਾਜ਼ ਮੰਡੀ ਇਜ਼ ਅ ਕਨੈਕਸ਼ਨ ਜਿੱਥੋਂ ਸਾਰਿਆਂ ਨੂੰ ਹੋਇਆ ACP ਸਰ ਨੂੰ ਹੋਇਆ ਮੈਨੂੰ ਹੋਇਆ ਮੇਰੇ ਡਰਾਈਵਰ ਨੂੰ ਹੋਇਆ ਸਰ ਦੇ ਡਰਾਈਵਰ ਨੂੰ ਹੋਇਆ ਦੇਰ ਕੈਨ ਬੀ ਅ ਚਾਂਸ ਵੀ ਉਹਨਾਂ ਨੂੰ ਸਾਡੇ ਤੋਂ ਹੋਇਆ ਹੋਵੇ ਮਤਲਬ ਜਿਹੜੇ ਡਰਾਈਵਰ ਨੇ ਮੋਸਟ ਆਫ ਦਾ ਟਾਈਮ ਇਹ ਦਿਨਾਂ ਦੇ ਅੰਦਰ ਅਸੀਂ ਗੱਡੀਆਂ 'ਚ ਟਰੈਵਲ ਕੀਤਾ ਜ਼ਿਆਦਾ ਟਾਈਮ ਤੇ ਇਵਨ DMO ਮੈਮ ਨੂੰ ਵੀ ਹੋਇਆ ਉਹ ਫਿਰ ਇੱਕ ਚੀਜ਼ ਸਮਝ ਆ ਰਹੀ ਵੀ ਕਿੱਥੋਂ ਸ਼ੁਰੂ ਕਿੱਥੋਂ ਹੋਇਆ ਇਟ ਕੈਨ ਬੀ ਸਮ ਅਦਰ ਪਰਸਨ ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਹੋ ਗਿਆ ਐਂਡ ਉਹ ਬੰਦੇ ਦੀ ਬਾਡੀ ਨੇ ਅਡੈਪਟ ਕਰਕੇ ਉਹ ਠੀਕ ਵੀ ਹੋ ਗਿਆ ਹੋਵੇ ਦੇਰ ਕੈਨ ਬੀ ਐਨੀ ਐਂਡ ਦੇਰ ਕੈਨ ਬੀ ਅ ਪੋਸਿਬਿਲਿਟੀ ਕਿ ACP ਸਰ ਤੋਂ ਹੋਇਆ ਹੋਵੇ ਸਨ ਬਿਕਾਜ਼ ਉਹ ਥੋੜੇ ਜਿਹੇ ਹੀ ਵਾਸ ਸਿਕ ਐਟ ਟਾਈਮ ਵਿਚ ਜਦੋਂ ਇੱਕ ਦਿਨ ਆਏ ਸੀ ਹੀ ਵਾਸ ਨਾਟ ਡੂਇੰਗ ਗੁੱਡ ਐਂਡ ਉਹ ਤੋਂ ਬਾਅਦ ਫਿਰ ਉਹ ਰੈਸਟ ਤੇ ਦੁਬਾਰਾ ਚਲੇ ਗਏ ਸੀ ਉਸ ਤੋਂ ਬਾਅਦ ਹੀ ਗੋਟ ਹਸਪਿਟਲਾਈਜ਼ਡ ਐਂਡ ਸੈਡ ਅਬਾਊਟ ਹਿਸ ਡਿਮਾਈਜ਼ ਦੈਟ ਹੀ ਪਾਸਡ ਅਵੇ ਇਹ ਠੀਕ ਅਸ਼ਦੀਪ ਕਿਉਂਕਿ ਉਹ ਥੋੜਾ ਹੈਲਥ ਵਾਈਜ਼ ਉਹਨਾਂ ਦੇ ਕਈ ਇਸ਼ੂ ਸੀਗੇ ਉਹਨਾਂ ਨੂੰ ਇੱਕਦਮ ਉਹਨਾਂ ਨੂੰ ਜ਼ਿਆਦਾ ਬਾਡੀ ਨੇ ਇੱਕਦਮ ਉਹਨਾਂ ਨੂੰ ਇਹ ਕਰੋਨਾ ਨੇ ਫੜ ਲਿਆ ਤੇ ਇਹ ਕਿਉਂਕਿ ਉਹ ਵੀਕ ਸੀ ਤੁਸੀਂ ਤੇ ਸਟਰੋਂਗ ਤੁਹਾਨੂੰ ਉਹਨਾਂ ਤੋਂ ਇਹ ਹੋ ਸਕਦਾ ਵੀ ਉਹਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਪਾਸ ਹੋਇਆ ਹੋਵੇ ਕਿਉਂਕਿ ਉਹ ਕਮਜ਼ੋਰ ਸੀ ਵੀਕ ਸੀ ਬਾਡੀ ਮਤਲਬ ਉਹਨਾਂ ਦੀ ਹਾਂਜੀ ਹਾਂਜੀ ਕਿਤੇ ਨਾ ਕਿਤੇ ਆਈ ਫੀਲ ਜਿੱਥੇ ਸਿੰਪਟਮ ਆਉਂਦੇ ਆ ਉੱਥੇ ਅੱਗੇ ਟਰੈਵਲ ਕਰਦਾ ਆਈ ਐਮ ਅਸਿੰਪਟੋਮੈਟਿਕ ਮੇਰੇ ਤੋਂ ਮੇਰੀ ਫੈਮਿਲੀ ਨੂੰ ਵੀ ਟਰੈਵਲ ਨਹੀਂ ਕੀਤਾ ਸਰ ਮੇਰੇ ਡਰਾਈਵਰ ਨੂੰ ਜ਼ਰੂਰ ਹੋਇਆ ਅਦਰਵਾਈਜ਼ ਥੈਂਕਫੁਲੀ ਮੇਰੇ ਪੁਲਿਸ ਸਟੇਸ਼ਨ ਆਲ ਆਰ ਸੇਫ ਐਂਡ ਵਿਦ ਗੋਡਸ ਗ੍ਰੇਸ ਮੇਰੇ ਫੈਮਿਲੀ ਮੈਂਬਰਸ ਆਲਦੋ ਮੈਨੂੰ ਜਦੋਂ ਤਾਂ ਡਿਊਟੀ ਤੇ ਸੀਗੀ ਉਦੋਂ ਆਈ ਡਿਡਨਟ ਗੈਟ ਟੂ ਸੀ ਦੈਮ ਕਿਉਂਕਿ ਦੋ ਤਿੰਨ ਘੰਟੇ ਚਾਰ ਘੰਟੇ ਸੌਣ ਹੀ ਚਾਹੀਦਾ ਸੀ ਘਰੇ ਬਟ ਆਫਟਰ ਆਈ ਵਾਸ ਦੇਅਰ 13 ਤੋਂ 17 ਆਈ ਵਾਸ ਹੋਮ ਕੁਆਰੰਟਾਈਨ ਤੇ ਉਹਨਾਂ ਨੂੰ ਮੈਂ ਕਹਿੰਦੀ ਵੀ ਸੀ ਵੀ ਮੇਰੇ ਤੋਂ ਦੂਰ ਹੋ ਸਕੇ ਅਵੇ ਫਰੋਮ ਮੀ ਬਟ ਦੇ ਯੂਸ ਟੂ ਕਮ ਕਲੋਜ਼ਰ ਟੂ ਮੀ ਐਂਡ ਦੇ ਯੂਸ ਟੂ ਹਗ ਮੀ ਕਿ ਵੀ ਵਿਲ ਸੀ ਟੂ ਇਟ ਆਲ ਟੁਗੇਦਰ ਡੋਨਟ ਵਰੀ ਡਰਨਾ ਤੋਂ ਘਬਰਾਣਾ ਸੋ ਉਹ ਚੀਜ਼ ਨੂੰ ਲੈ ਕੇ ਆਈ ਫੀਲ ਕਿ ਇਹ ਚੀਜ਼ ਇਦਾਂ ਵੀ ਟਰੈਵਲ ਕੱਟ ਕਰਦੀ ਹੈ ਸਮਝ ਹੀ ਨਹੀਂ ਆ ਰਿਹਾ ਵੀ ਹਾਊ ਇਟ ਇਜ਼ ਗੋਇੰਗ ਔਨ ਦੇਖੋ ਤੁਸੀਂ ਤੁਹਾਡੇ ਫਾਦਰ ਵੀ ਇਨਸਪੈਕਟਰ ਰਿਟਾਇਰ ਹੋਏ ਨੇ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਮਿਲਦਾ ਰਿਹਾ ਕਿਉਂਕਿ ਨਾਨਕੇ ਵੀ ਤੁਹਾਡੇ ਕਢਾਣੀ ਨੇ ਉੱਥੇ ਬਹੁਤ ਕਪੂਰ ਸਿੰਘ ਜੀ ਹੋਣੀ ਸਾਰੇ ਪੁਰਾਣੇ ਸਰਦਾਰ ਬੇਅੰਤ ਸਿੰਘ ਜੀ ਹੋਣਾ ਦੇ ਸਾਥੀ ਸੀ ਤੇ ਉਹ ਮੈਂ ਉਹਨਾਂ ਨੂੰ ਮਿਲਦਾ ਰਿਹਾ ਹੈ ਤੇ ਇਹ ਤਾਂ ਆਪਣਾ ਪਰਿਵਾਰ ਆ ਤੇ ਪ੍ਰਮਾਤਮਾ ਕਰੇ ਤੁਸੀਂ ਐਜ਼ ਅ ਪਲੇਅਰ ਵੀ ਹੋ ਤੇ ਬਹੁਤ ਅੱਗੇ ਤੁਸੀਂ ਜਾਣਾ ਹੁਣ ਕਿੰਨੇ ਦਿਨ ਹੋ ਗਏ ਅਰਸ਼ਦੀਪ ਤੁਹਾਨੂੰ ਕਿੰਨੇ ਦਿਨ ਹੋ ਗਏ ਹੋਏ ਨੂੰ
12वां दिन है सर इथे मेरा कल सैंपल लिया इन्होंने अगला सैंपल जिहड़ा 14 दिन बाद लेंदे हुंदे आ 13 नूं मेरा सैंपल होया सी पहला 17 नूं रिपोर्ट्स आईयां सी मैं 17 नूं आई गॉट एडमिटेड हियर एंड 12वां दिन है ते अज शाम तक रिपोर्ट्स आर ड्यू सर आई एम वेटिंग फॉर द रिपोर्ट्स जिहड़ियां नेगेटिव आएगी नेगेटिव आएगी परमात्मा करे ते दूजी गल मैनूं इह थोड़ा जिहा क्योंकि इह मैं फेसबुक ते जां मीडिया च इह गल जाएगी थोनूं कोई डाइट जिहड़ी आ ओह खाण दे विच कोई प्रॉब्लम जां कोई चीज स्वाद ना लगदी होवे जिहड़ा कहिंदे आ मूंह दा टेस्ट चेंज हो जांदा है जां कोई ओह जिहियां गल्लां नहीं सर पर किते ना किते आई फील जिहड़ा होया मील स्किप करन नाल किते ना किते सर आई फील मेरा पर्सनल एक्सपीरियंस आ इफेक्ट करदा बिकॉज़ ड्यूटीज दौरान बहुत वारी आए होया अर्ली मॉर्निंग जांदे सी लेट नाइट जांदे सी लंच वी इदां ही स्नैक्स खा ले बिस्किट्स खा ले ओह डाइट स्किप करन नाल किते ना किते इफेक्ट होई पहलां बॉडी हुण जिहड़े डॉक्टर्स आउंदे आ जां नर्स तुहाडे कोल आउंदे आ जिहड़ा पैरामेडिकल स्टाफ आ सारा ਉਹ ਯੂਜੁਅਲੀ ਆਉਂਦੇ ਰਹਿੰਦੇ ਆ ਡਰਦੇ ਤਾਂ ਨਹੀਂ ਗਏ ਨਹੀਂ ਨਹੀਂ ਸਰ ਦੇ ਆਰ ਟੇਕਿੰਗ ਵੈਰੀ ਗੁੱਡ ਕੇਅਰ ਆਫ ਮੀ ਉਹ ਆਉਂਦੇ ਆ ਸਰ ਉਹਨਾਂ ਨੇ ਪ੍ਰੋਪਰ ਕਿਟਸ ਪਾਈਆਂ ਹੁੰਦੀਆਂ ਨੇ ਦੇ ਕਮ ਦੇ ਟੇਕ ਮੀ ਵਾਈਟਲਸ ਹੁਣ ਵੀ ਲੈ ਕੇ ਗਏ ਨੇ ਵਾਈਟਲਸ ਮਾਈ ਟੈਂਪਰੇਚਰ ਇਟਸ ਚੈੱਕਡ ਐਵਰੀ ਡੇ ਆਫਟਰ ਸ਼ਾਰਟ ਇੰਟਰਵਲਸ ਲਾਈਕ 4-5 ਵਾਰੀ ਦਿਨ ਚੈੱਕ ਕਰਦੇ ਆ ਮੇਰਾ ਲਾਈਕ ਬੀਪੀ ਲਾਈਕ ਮਾਈ ਹਾਰਟ ਰੇਟ ਸਮਾਂ ਹੋ ਗਿਆ ਸਰ ਫਿਰ ਉਹ ਹੁੰਦਾ ਵੀ ਹਾਂ ਵੀ ਤੈਨੂੰ ਕਰੋਨਾ ਹੋਇਆ ਤੈਨੂੰ ਪਤਾ ਹੈ ਐਂਡ ਯੂ ਆਰ ਸਫਰਿੰਗ ਫਰੋਮ ਇਟ ਤਾਂ ਤੈਨੂੰ ਲੱਗ ਰਿਹਾ ਵੀ ਤੈਨੂੰ ਆਹ ਚੀਜ਼ਾਂ ਵੀ ਸਫਰ ਮਤਲਬ ਸਿੰਪਟਮਸ ਆਉਣੇ ਚਾਹੀਦੇ ਬਟ ਅਦਰਵਾਈਜ਼ ਨਥਿੰਗ ਐਸ ਸੱਚ ਬਹੁਤ ਅੱਛਾ ਗਲਾ ਥੋੜਾ ਜਿਹਾ ਖਰਾਬ ਕਰਕੇ ਬਟ ਬੋਲ ਸਰ ਬਹੁਤ ਅੱਛੇ ਬੜੇ ਦਿਨ ਤੋਂ ਮੇਰੀ ਸੀ ਗੱਲ ਮੈਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਨੇ ਗੱਲ ਕੀਤੀ ਮੈਂ ਕਿਹਾ ਥੋੜੇ ਦਿਨ ਵੇਟ ਕਰਕੇ ਉਹਦੇ ਵੀ ਰੋਜ਼ ਗੱਲ ਕਰਦੇ ਮੈਨੂੰ ਇਹ ਸੀ ਵੀ ਕਿਤੇ ਇਸ ਗੱਲ ਦਾ ਵੀ ਵਜ਼ਨ ਨਾ ਪਵੇ ਕਿਉਂਕਿ ਬੋਲਣਾ ਪਏਗਾ ਤੁਹਾਨੂੰ ਪਰ ਤੁਸੀਂ ਇੱਕ ਇੱਕ ਮੈਸੇਜ ਜ਼ਰੂਰ ਆਪਣੇ ਵੱਲੋਂ ਸ਼ਾਰਟ ਮੈਸੇਜ ਦੇਖੋ ਪੁਲਿਸ ਲਈ ਖਾਸ ਤੌਰ ਤੇ ਜਿੰਨਾ ਇਸ ਵੇਲੇ ਪੁਲਿਸ ਕੰਮ ਕਰ ਰਹੀ ਹੈ ਤੁਹਾਡੇ ਨਾਲ ਦੇ ਕਿਉਂਕਿ ਤੁਹਾਡਾ ਵੀ ਮੈਂ ਦੇਖਿਆ ਵੀ ਤੁਸੀਂ ਚਾਹੁੰਦੇ ਹੋ ਵੀ ਜਲਦੀ ਜਲਦੀ ਮੈਂ ਠੀਕ ਹੋਵਾਂ ਤੇ ਮੈਂ ਦੁਬਾਰਾ ਡਿਊਟੀ ਜੁਆਇਨ ਕਰਕੇ ਮੈਂ ਸੇਵਾ ਕਰਾਂ ਚਾਹੇ ਹਰਜੀਤ ਸਿੰਘ ਦਾ ਕੱਲ ਹੋਇਆ ਉਦੋਂ ਪਹਿਲਾਂ ਆਪਣੇ ਸਰਦਾ ਹੋਏ ਸੀਪੀ ਸਾਹਿਬ ਦਾ ਮੈਂ ਤਾਂ ਬਹੁਤ ਸੋਹਣਾ ਅਨੂ ਨੇ ਤੇ ਸਾਡੇ ਬੇਟੇ ਨੇ ਤੁਹਾਡੇ ਲਈ ਬੜਾ ਕਲਰਡ ਮੈਸੇਜ ਤੁਹਾਡੇ ਲਈ ਉਹਨੇ ਬਣਾਇਆ ਸੀ ਆਈ ਜਸਟ ਸੋ ਦਿਸ ਪਿਕਚਰ ਐਂਡ ਆਈ ਵਾਸ ਵੈਰੀ ਮਤਲਬ ਰੀਲੀ ਆਈ ਵਾਸ ਓਵਰਵੈਲਡ ਥੈਂਕ ਯੂ ਸੋ ਮਚ ਇੱਕ ਮੈਸੇਜ ਜ਼ਰੂਰ ਪਲੀਜ਼ ਹਾਲੇ ਆਪਣੇ ਸਾਥੀਆਂ ਨੂੰ ਜ਼ਰੂਰ ਦਿਓ ਸਾਥੀਆਂ ਨੂੰ ਸਾਰੇ ਪੁਲਿਸ ਆਫਿਸਰਸ ਨੂੰ ਸਰ ਇਹ ਮੈਸੇਜ ਹੈਗਾ ਕਿ ਆਪਣਾ ਸਟਰੋਂਗਲੀ ਡਿਊਟੀਜ਼ ਕਰੋ ਐਂਡ ਡਰਨ ਦੀ ਕੋਈ ਲੋੜ ਨਹੀਂ ਪਹਿਲੀ ਗੱਲ ਤਾਂ ਪਰਮਾਤਮਾ ਕਰੇ ਕਿਸੇ ਨੂੰ ਹੋਵੇ ਨਾ ਜੇ ਹੋ ਵੀ ਗਿਆ ਇਹਦੀ ਡਰਨ ਵਾਲੀ ਗੱਲ ਨਹੀਂ ਹੈਗੀ ਯੂ ਸ਼ੁੱਡ ਬੀ ਸਟਰੋਂਗ ਆਪਣੀ ਡਾਇਟ ਦਾ ਧਿਆਨ ਰੱਖੋ ਸੋਸ਼ਲ ਡਿਸਟੈਂਸਿੰਗ ਕਿਤੇ ਨਾ ਕਿਤੇ ਆਪਾਂ ਨਹੀਂ ਕਰਦੇ ਉਹ ਕਰੋ ਮਾਸਕ ਵਗੈਰਾ ਪਾ ਕੇ ਸੈਨੀਟਾਈਜ਼ਰ ਪ੍ਰੋਪਰਲੀ ਯੂਜ਼ ਕਰੋ ਹੈਂਡ ਗਲਵਸ ਵਗੈਰਾ ਪਾਓ ਕਿਤੇ ਨਾ ਕਿਤੇ ਇਹ ਚੀਜ਼ਾਂ ਮੈਂ ਕਿਤੇ ਨਾ ਕਿਤੇ ਲੈਗ ਕਈ ਵਾਰ ਹੋ ਜਾਂਦਾ ਵੀ ਕਾਰ 'ਚ ਪਿਆ ਰਹਿ ਗਿਆ ਤਾਂ ਉੱਥੇ ਪਿਆ ਰਹਿ ਜਾਂਦਾ ਸੀਗਾ ਤਾਂ ਬੱਚੇ ਯਾਦ ਆਉਂਦਾ ਸੀ ਐਂਡ ਅਦਰ ਦੈਨ ਦਿਸ ਆਪਣੀ ਡਾਇਟ ਦਾ ਪਲੀਜ਼ ਧਿਆਨ ਰੱਖੋ ਹਲਦੀ ਵਾਲਾ ਦੁੱਧ ਗਰਮ ਪਾਣੀ ਇਹ ਸਾਰਾ ਕੁਛ ਕਰੋ ਤੇ ਆਪਣੀ ਫੈਮਿਲੀ ਦਾ ਫੈਮਿਲੀ ਨੂੰ ਬਿਲੋ ਨਾ ਜਾ ਕੇ ਸਟ੍ਰੇਟ ਅਵੇ ਬਿਕਾਜ਼ ਇਹ ਡਰ ਮੈਨੂੰ ਸਭ ਤੋਂ ਜ਼ਿਆਦਾ ਡਰ ਇਹ ਸੀ ਵੀ ਜੇ ਉਹਨਾਂ ਨੂੰ ਕੁਛ ਹੋ ਗਿਆ ਜੇ ਮੋਮ ਡੈਡ ਨੂੰ ਕੁਛ ਹੋ ਗਿਆ ਤੇ ਉਹ ਡੈਡ ਦੇ ਓਲਡ ਏਜ ਨੇ ਤਾਂ ਉਹ ਚੀਜ਼ ਤੋਂ ਪਲੀਜ਼ ਧਿਆਨ ਰੱਖੋ ਤੇ ਪਬਲਿਕ ਲਈ ਪਲੀਜ਼ ਘਰਾਂ 'ਚ ਰਹੋ ਸੇਫ ਰਹੋ ਪਰਮਾਤਮਾ ਜਲਦੀ ਤੋਂ ਜਲਦੀ ਤੁਹਾਨੂੰ ਠੀਕ ਰੱਖੇ ਇਸੇ ਤਰੀਕੇ ਨਾਲ ਜਿਹੜੀ ਸਮਾਈਲ ਆ ਤੁਹਾਡੀ ਇਹ ਤੁਸੀਂ ਸਾਰੇ ਲੋਕਾਂ 'ਚ ਆਪਣੇ ਪਰਿਵਾਰ 'ਚ ਸਾਰਿਆਂ 'ਚ ਸਮਾਈਲ ਆ ਜਿਹੜੀ ਤੁਸੀਂ ਇਹ ਖੁਸ਼ੀਆਂ ਬਖੇਰਦੇ ਰਹੋ ਪਰਮਾਤਮਾ ਜਲਦੀ ਤੋਂ ਜਲਦੀ ਤੁਹਾਨੂੰ ਤੰਦਰੁਸਤ ਕਰੇ ਬਹੁਤ ਬਹੁਤ ਅਰਸ਼ੀ ਤੁਹਾਨੂੰ ਸਲੂਟ ਆ ਇਸ ਗੱਲ ਲਈ ਤੁਹਾਨੂੰ ਧੰਨਵਾਦ ਆ ਤੁਹਾਡਾ